ਅਖਾੜਿਆਂ ਵਿੱਚ ਨਰਿੰਦਰ ਬੀਬਾ ਦੀ ਸੁਰੀਲੀ ਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ। ਪੰਜਾਬੀ ਗਾਇਕੀ ਵਿੱਚ ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ ਵਰਗੇ ਉਪੇਰੇ ਗਾਉਣ ਦੀ ਪਿਰਤ ਬੀਬਾ ਜੀ ਨੇ ਪਾਈ। ਸਤਿ ਸ੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਨਰਿੰਦਰ ਬੀਬਾ ਦੇ ਜੀਵਨ ਬਾਰੇ, ਤੇ ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ, ਕਿਉਂਕਿ ਅਜਿਹੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਵਾਂਗੇ। ਤੇ ਸ਼ੁਰੂ ਕਰਦੇ ਹਾਂ, ਗੌਰ ਕਰਿਓ। ਤਵਿਆਂ ਵਾਲੇ ਯੁੱਗ ਵਿੱਚ ਕਈ ਮਸ਼ਹੂਰ ਗਾਇਕਾਵਾਂ ਨੇ ਸੋਲੋ ਤੇ ਦੁਗਾਣਾ ਗਾਇਕੀ ਵਿੱਚ ਆਪਣਾ ਨਾਮ ਚਮਕਾਇਆ। ਇਹਨਾਂ ਜੋ ਹੀ ਕੰਨ ਉੱਤੇ ਹੱਥ ਰੱਖ ਕੇ ਉੱਚੀ ਹੇਕ ਵਿੱਚ ਗਾਉਣ ਵਾਲੀ ਇੱਕ ਮਹਾਨ ਗਾਇਕਾ ਸੀ ਨਰਿੰਦਰ ਬੀਬਾ, ਜਿਸ ਨੂੰ ਅਖਾੜਿਆਂ ਵਿੱਚ ਲੋਕਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ। ਨਰਿੰਦਰ ਬੀਬਾ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰਬਰ 120 ਵਿਖੇ ਵਿਸਾਖੀ ਵਾਲੇ ਦਿਨ ਪਿਤਾ ਫਤਿਹ ਸਿੰਘ ਰਾਣਾ ਦੇ ਘਰ ਤੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿੱਚ ਹੀ ਬੀਬਾ ਜੀ ਨੂੰ ਸੰਗੀਤ ਨਾਲ ਕਾਫੀ ਲਗਾਓ ਸੀ। ਦੇਸ਼ ਦੀ ਵੰਡ ਤੋਂ ਬਾਅਦ ਨਰਿੰਦਰ ਬੀਬਾ ਆਪਣੇ ਪਰਿਵਾਰ ਸਮੇਤ ਖਮਾਣੋ ਆ ਗਏ ਤੇ ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਲੁਧਿਆਣੇ ਚਲੇ ਗਏ। ਪੜ੍ਹਾਈ ਪੂਰੀ ਕਰਨ ਉਪਰੰਤ ਨਰਿੰਦਰ ਬੀਬਾ ਨੇ ਗਾਉਣਾ ਸ਼ੁਰੂ ਕਰ ਦਿੱਤਾ। ਨਰਿੰਦਰ ਬੀਬਾ ਨੇ ਲੋਕ ਗਾਇਕੀ ਦੀ ਤਾਲੀਮ ਉਸਤਾਦ ਲਾਲ ਚੰਦਾ ਯਮਲਾ ਜੱਟ ਤੋਂ ਲਈ ਤੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਮਾਸਟਰ ਹਰੀਦੇਵ ਤੋਂ ਪ੍ਰਾਪਤ ਕੀਤੀ। ਸ਼ੁਰੂਆਤੀ ਦਿਨਾਂ ਵਿੱਚ ਬੀਬਾ ਨੇ ਲਾਲ ਚੰਦ, ਯਮਲਾ ਜੱਟ ਤੇ ਗੁਰਦੇਵ ਮਾਨ ਦੇ ਲਿਖੇ ਗੀਤ ਗਾਏ। ਉਸ ਸਮੇਂ ਦੇ ਜਿੰਨੇ ਵੀ ਗਵਈਏ ਸਨ ਉਹਨਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰੇਡੀਓ ਹੀ ਇੱਕ ਵੱਡਾ ਮਾਧਿਅਮ ਸੀ। ਬੀਬਾ ਦੇ ਗੀਤ ਜਦੋਂ ਰੇਡੀਓ ਤੇ ਵੱਜਣ ਲੱਗ ਪਏ ਤਾਂ ਸਰੋਤਿਆਂ ਨੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਛੋਟੀ ਉਮਰ ਵਿੱਚ ਹੀ ਬੀਬਾ ਦਾ ਵਿਆਹ ਇੱਕ ਵਧੀਆ ਕਲਾਕਾਰ ਅਤੇ ਸਟੇਜ ਅਨਾਉਂਸਰ ਜਸਪਾਲ ਸਿੰਘ ਨਾਲ ਹੋ ਗਿਆ। ਉਸ ਤੋਂ ਬਾਅਦ ਨਰਿੰਦਰ ਬੀਬਾ ਨੇ ਕਾਫੀ ਸਮਾਂ ਜਗਤ ਸਿੰਘ ਜੱਗਾ ਨਾਲ ਅਖਾੜੇ ਲਾਏ। ਨਰਿੰਦਰ ਬੀਬਾ ਨੇ ਮੁਹੰਮਦ ਰਫੀ, ਮੁਹੰਮਦ ਸਦੀਕ, ਦੀਦਾਰ ਸੰਧੂ, ਮਾਸਟਰ ਹਰੀਦੇਵ, ਕਰਨੈਲ ਗਿੱਲ, ਹਰਚਰਨ ਗਰੇਵਾਲ, ਕੇ ਦੀਪ ਤੇ ਪੰਜਾਬ ਦੇ ਕਈ ਹੋਰ ਨਾਮਵਰ ਲੋਕ ਗਾਇਕਾਂ ਨਾਲ ਦੁਗਾਣੇ ਰਿਕਾਰਡ ਕਰਵਾਏ। ਨਰਿੰਦਰ ਬੀਬਾ ਨੇ ਆਪਣੇ ਭਰਾਵਾਂ ਫਕੀਰ ਸਿੰਘ ਫਕੀਰ, ਅਮੀਰ ਸਿੰਘ ਰਾਣਾ, ਰਣਬੀਰ ਸਿੰਘ ਰਾਣਾ ਨਾਲ ਕਈ ਮਸ਼ਹੂਰ ਦੁਗਾਣਿਆਂ ਤੇ ਉਪੇਰਿਆਂ ਵਿੱਚ ਗਾਇਆ। ਨਰਿੰਦਰ ਬੀਬਾ ਨੂੰ ਕਲਾਸੀਕਲ ਸੰਗੀਤ ਦਾ ਪੂਰਾ ਗਿਆਨ ਹੋਣਾ ਤੇ ਪੰਜਾਬੀ ਭਾਸ਼ਾ ਨੂੰ ਬੋਲਣ ਦਾ ਵੱਖਰਾ ਅੰਦਾਜ਼ ਹੋਣਾ ਹੀ ਉਸ ਦੇ ਗਾਏ ਦੁਗਾਣਿਆਂ ਨੂੰ ਹਿੱਟ ਕਰ ਗਿਆ। ਨਰਿੰਦਰ ਬੀਬਾ ਦੇ ਮਸ਼ਹੂਰ ਦੁਗਾਣਿਆਂ ਤੋਂ ਇਲਾਵਾ ਕਈ ਸੋਲੋ ਅਤੇ ਸਾਥੀ ਕਲਾਕਾਰਾਂ ਨਾਲ ਰਲ ਕੇ ਗਾਏ ਗੀਤ ਮੁਰਗਾਈ ਵਾਂਗੂ ਮੈਂ ਤਰਦੀ, ਤੇਰੇ ਮੁੰਡਿਆਂ ਪਸੰਦ ਨਾ ਆਈ, ਸਿੰਘਾਂ ਵੇ ਤੇਰੇ ਨਾਨਕੇ ਮੈਂ ਤੀਆਂ ਵੇਖਣ ਜਾਣਾ, ਮਿਰਜ਼ਾ ਸਾਹਿਬਾਂ ਤੇ ਬੱਕੀ, ਜੱਟੀ ਕੋਟਕਪੁਰੇ ਦੀ ਤੇ ਕਈ ਹੋਰ ਗੀਤ ਬਹੁਤ ਮਕਬੂਲ ਹੋਏ। ਪੰਜਾਬੀ ਗਾਇਕਾਂ ਦਾ ਫਿਲਮ ਵਿੱਚ ਗਾਉਣਾ ਤੇ ਉਪੇਰਿਆਂ ਦੀ ਪਿਰਤ ਵੀ ਨਰਿੰਦਰ ਬੀਬਾ ਨੇ ਹੀ ਪਾਈ। ਨਰਿੰਦਰ ਬੀਬਾ ਦੇ ਕੁਝ ਮਸ਼ਹੂਰ ਉਪੇਰਿਆਂ ਚੋਂ ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੋਨੀ ਮਹੀਵਾਲ ਪ੍ਰਮੁੱਖ ਹਨ। ਮਸ਼ਹੂਰ ਪੰਜਾਬੀ ਫਿਲਮਾਂ ਤੇਰੀ ਮੇਰੀ ਇੱਕ ਜ਼ਿੰਦੜੀ, ਸੰਤੋ ਬੰਤੋ, ਦਾਜ, ਪੁੱਤ ਜੱਟਾਂ ਦੇ ਚ ਬੀਬਾ ਨੇ ਸਾਥੀ ਕਲਾਕਾਰਾਂ ਨਾਲ ਗਾਇਆ। ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਨਰਿੰਦਰ ਬੀਬਾ ਨੇ ਅਮਰ ਸਿੰਘ ਚਮਕੀਲਾ, ਯਮਲਾ ਜੱਟ, ਕੁਲਦੀਪ ਮਾਣਕ ਵਾਂਗ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਵਧੀਆ ਤੇ ਪ੍ਰਸਿੱਧ ਗੀਤ ਗਾਏ। ਚਰਨ ਸਿੰਘ ਸਫਰੀ ਦੀ ਰਚਨਾ ਸਾਕਾ ਸਰਹੰਦ ਵਿੱਚ ਨਰਿੰਦਰ ਬੀਬਾ ਦੇ ਪਤੀ ਜਸਪਾਲ ਸਿੰਘ ਪਾਲੀ ਨੇ ਕਮੈਂਟਰੀ ਕੀਤੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸ਼ਿੱਦਤ ਨੂੰ ਜਿਸ ਦਰਦ ਭਰੀ ਆਵਾਜ਼ ਵਿੱਚ ਡੁੱਬ ਕੇ ਬੀਬਾ ਨੇ ਗਾਇਆ ਉਹ ਹੋਰ ਕੋਈ ਨਹੀਂ ਗਾ ਸਕਦਾ। ਧਾਰਮਿਕ ਖੇਤਰ ਵਿੱਚ ਸਾਕਾ ਚਾਂਦਨੀ ਚੌਕ, ਸਾਕਾ ਗੜੀ ਚਮਕੌਰ, ਸਾਕਾ ਸਰਹਿੰਦ, ਜੀਵਨੀ ਕਥਾ ਸ਼੍ਰੀ ਗੁਰੂ ਰਵਿਦਾਸ ਜੀ, ਏਕਤਾ ਦਾ ਪੁਜਾਰੀ, ਸਿੰਘਾਂ ਦੀਆਂ ਕੁਰਬਾਨੀਆਂ ਆਦਿ ਵਰਣਨ ਯੋਗ ਹਨ। ਨਰਿੰਦਰ ਬੀਬਾ ਨੇ ਧਾਰਮਿਕ ਗੀਤ ਗਾ ਕੇ ਜੋ ਮਿਸਾਲ ਕਾਇਮ ਕੀਤੀ ਹੈ ਉਸ ਤੱਕ ਆਉਣ ਵਾਲੇ ਸਮੇਂ ਵਿੱਚ ਕੋਈ ਨਹੀਂ ਪਹੁੰਚ ਸਕਦਾ। ਨਰਿੰਦਰ ਬੀਬਾ ਦੇ ਗਾਏ ਧਾਰਮਿਕ ਗੀਤ ਗਗਨ ਮਾਮਾ ਵਾਜਿਓ, ਸਿੰਘੋ ਸਰਦਾਰੋ, ਦੋ ਬੜੀਆਂ ਕੀਮਤੀ ਜਿੰਦਾਂ, ਦਾਦੀ ਪੋਤਿਆਂ ਦਾ ਦਿਲ, ਮਾਤਾ ਗੁਜਰੀ ਨੀ ਦਿਓ ਨੀ ਵਧਾਈਆਂ, ਚੰਨ ਮਾਤਾ ਗੁਜਰੀ ਦਾ ਤੇ ਹੋਰ ਵੀ ਬਹੁਤ ਸਾਰੇ ਧਾਰਮਿਕ ਗੀਤ ਪ੍ਰਸਿੱਧ ਹੋਏ। ਨਰਿੰਦਰ ਬੀਬਾ ਨੇ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਸਾਲ 1976 ਵਿੱਚ ਪਤੀ ਜਸਪਾਲ ਸਿੰਘ ਦੇ ਵਿਛੋੜੇ ਨੇ ਬੀਬਾ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ, ਪਰ ਬੀਬਾ ਕਦੇ ਹਾਰੀ ਨਹੀਂ। ਦੁਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਧੁਰ ਜਾਣ ਤੇ ਵੀ ਬੀਬਾ ਨੂੰ ਬਹੁਤ ਡੂੰਘਾ ਦੁੱਖ ਪ੍ਰਗਟ ਹੋਇਆ। ਅਖੀਰ 27 ਜੂਨ 1997 ਨੂੰ ਲੱਖਾਂ ਦਿਲਾਂ ਦੇ ਰਾਜ ਕਰਨ ਵਾਲੀ, ਲੰਮੀ ਹੇਕ ਵਾਲੀ ਮਹਾਨ ਗਾਇਕਾ ਲੁਧਿਆਣੇ ਵਿਖੇ ਆਪਣੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਤੁਰ ਗਈ। ਪਰ ਅੱਜ ਵੀ ਇਹ ਆਵਾਜ਼ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਅਮਰ ਰੋਸ਼ਨੀ ਵਾਂਗ ਚਮਕ ਰਹੀ ਹੈ। ਨਵੇਂ ਦੌਰ ਦੇ ਗਾਇਕਾਂ ਨੂੰ ਬੀਬਾ ਜੀ ਵੱਲੋਂ ਗਾਏ ਗੀਤਾਂ ਦੇ ਵਿਸ਼ਿਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਰਹਿੰਦੀ ਦੁਨੀਆਂ ਤੱਕ ਨਰਿੰਦਰ ਬੀਬਾ ਤੇ ਉਹਨਾਂ ਵੱਲੋਂ ਗਾਏ ਗੀਤ ਅਮਰ ਰਹਿਣਗੇ।
ਦੋਸਤੋ ਇਹ ਰਚਨਾ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਸ਼ਮਸ਼ੇਰ ਸਿੰਘ ਸੋਹੀ ਦੀ ਕਲਮ ਚੋਂ ਨਿਕਲੀ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤੇ ਏਦਾਂ ਦੀ ਅਸੀਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।